ਸੁਰਤ ਵਿੱਚ ਜਿਹੜੀ ਨਾਮ ਵਾਲੀ ਖੇਡ ਚੱਲਦੀ ਪਈ ਸੀ ਉਹਨੂੰ ਬਾਹਰ ਦੇ ਪਦਾਰਥਾਂ ਨੇ ਇੰਨਾ ਪ੍ਰਭਾਵਿਤ ਕੀਤਾ ਕਿ ਗੁਰਮੁਖੋ ਪਹਿਲਾ ਸਟੈਪ ਸਾਡੀ ਜ਼ਿੰਦਗੀ 'ਤੇ ਸੁਰਤ 'ਤੇ ਜਿਹੜਾ ਮਾਇਆ ਨੇ ਅਟੈਕ ਕੀਤਾ ਉਹ ਭੁੱਲਾਂ ਦਾ ਕੀਤਾ, ਭੁੱਲ ਗਿਆ। ਫਿਰ ਸੁਣਿਓ, ਪਾਠ ਪੂਰਾ ਕਰ ਲਿਆ ਪਰ ਅੰਦਰ ਇਹਨੂੰ ਥੋੜ੍ਹਾ ਜਿਹਾ ਇਉਂ ਕਹਿ ਲਓ, ਮੈਂ ਇਹ ਤਰਕ 'ਚ ਨਹੀਂ ਕਹਿੰਦਾ ਵੀ ਆਪਾਂ ਨੂੰ ਪਾਠ ਨਹੀਂ ਕਰਨਾ ਚਾਹੀਦਾ, ਜੇ ਆਂਦੇ ਜੇ ਮਨ ਨਹੀਂ ਟਿਕਦਾ ਛੱਡ ਦਿਓ, ਬਿਲਕੁਲ ਨਹੀਂ ਛੱਡਣਾ ਚਾਹੀਦਾ। ਮੈਂ ਇੱਕ ਵਾਰ ਅਰਜ਼ ਕੀਤੀ ਸੀ ਮਹਾਰਾਜ ਜੀ ਕੋਲ, ਗੁਰੂ ਨਾਨਕ ਸਾਹਿਬ ਦੀ ਸਿੱਖਾਂ ਦੀ ਭਗਤ ਮਾਲ ਜੀ, ਉਸ ਵਿੱਚ ਮਹਾਰਾਜ ਦੇ ਚਰਨਾਂ 'ਚ ਦੋ ਸਿੱਖ ਹੈ, ਪ੍ਰੀਤੀਮਲ ਸਹਿਗਲ ਅਤੇ ਰਾਮਾ ਡਿੱਡੀ, ਇਹ ਸਿੱਖਾਂ ਦੇ ਨਾਂ ਨੇ। ਉਹਨਾਂ ਕਿਹਾ ਮਹਾਰਾਜ ਜੀ ਵੀ ਇਹ ਜਦੋਂ ਚੰਗੇ ਭਲੇ ਤੁਰਨੇ ਫਿਰਨੇ ਆ ਤਾਂ ਮੈਂ ਸੋਚਣਾ ਕਿ ਗੁਰੂ ਗ੍ਰੰਥ ਸਾਹਿਬ ਦੇ ਸੀ ਪ੍ਰਕਾਸ਼ ਵੀ ਸ਼ਤਾਬਦੀਆਂ ਮਨਾ ਲਈਆਂ, ਗੁਰਗੱਦੀ ਦੀਆਂ ਮਨਾ ਲਈਆਂ, ਗੁਰੂ ਨਾਨਕ ਸਾਹਿਬ ਦੀ 550 ਸਾਲਾਂ ਮਨਾ ਰਹੇ ਹਾਂ, ਪਰ ਯਾਦ ਰੱਖਿਓ ਜਿਹੜੀ ਪ੍ਰੋਬਲਮ ਅੱਜ ਤੋਂ 550 ਸਾਲ ਬੰਦੇ ਦੇ ਅੰਦਰ ਦੀ ਸੀ ਨਾ, ਜਿੰਨੀ ਮਰਜ਼ੀ ਸਾਇੰਸ ਤਰੱਕੀ ਕੀਤੇ ਅੰਦਰ ਦੀ ਬਿਮਾਰੀ ਅਜੋਤੀ ਖਲੋਤੀ ਹੋਈ। ਅੰਦਰ ਦੀਆਂ ਹੋਣੇ ਤਾਂ ਕਹਾਂਗੇ ਤਾਂ ਪਹਿਲੀਆਂ ਗੱਲਾਂ ਸਨ ਜੀ, ਨਹੀਂ ਮਨ ਉੱਥੇ ਡਿੱਕਿਆ ਹੋਇਆ, ਮਨ ਦੀ ਗੰਦਗੀ ਉਹੀ ਹੈ, ਨਾਮ ਦੀ ਖੇੜਾ ਵੀ ਉਹ ਹੈ। ਉਹਨਾਂ ਕਿਹਾ ਮਹਾਰਾਜ ਇਹ ਕਰੀਏ ਕਿ ਮਨ ਨਹੀਂ ਟਿਕਦਾ, ਜਿਵੇਂ ਆਪਾਂ ਕਈ ਵਾਰੀ ਬੜਾ ਸੌਖਾ, ਲੋਕ ਪਹਿਲਾਂ ਹੀ ਭੱਜਣ ਨੂੰ ਤਿਆਰ ਨੇ ਜੀ, ਹੁਣ ਕਹਿ ਦਿਓ ਨਾ ਜਾਂ ਇੰਨੇ ਸਾਲ ਹੋ ਗਏ ਨਿਤਨੇਮ ਕਰਦੇ ਆ, ਕੀ ਖੱਟਿਆ ਲੋਕੋ, ਅਗਲੇ ਸਵੇਰੇ ਕਹਿਣਗੇ ਬਾਬਾ ਜੀ ਨੇ ਕਹਿ ਦਿੱਤਾ ਗੁਟਕਾ ਬੰਦ ਕਰੋ, ਕੀ ਖੱਟਿਆ। ਨਹੀਂ, ਉੱਥੇ ਮਹਾਰਾਜ ਨੂੰ ਕਹਿੰਦੇ ਨੇ ਮਹਾਰਾਜ ਜਦੋਂ ਅਸੀਂ ਜਪਣੇ ਹਾਂ, ਜਦੋਂ ਅਸੀਂ ਬਾਣੀ ਪੜ੍ਹਦੇ ਹਾਂ, ਸੰਗਤ 'ਚ ਬਹਿੰਦੇ ਹਾਂ, ਅੰਦਰ ਭੁੱਲਦਾ ਹੈ। ਮਹਾਰਾਜ ਕਹਿੰਦੇ ਨੇ ਭੁੱਲਣਾ ਤਾਂ ਸ਼ੁਰੂ ਹੁੰਦਾ ਕੋਈ ਦੂਜਾ ਆ ਗਿਆ, ਤਾਂ ਯਾਦ ਰੱਖਿਓ ਦੂਜਾ ਆਉਂਦਾ ਅਤੇ ਪਹਿਲਾਂ ਭੁੱਲਦਾ ਹੈ, ਕਿਸੇ ਹੋਰ ਨੇ ਥਾਂ ਲੈ ਲਈ ਨਾ। ਫਿਰ ਜੀ ਕਹਿਣ ਲੱਗੇ ਮਨ ਕੋਈ ਨਹੀਂ ਟਿਕਦਾ, ਮਹਾਰਾਜ ਕਹਿੰਦੇ ਬਿਮਾਰ ਹੋ ਗਿਆ। ਕਹਿੰਦੇ ਫਿਰ ਕੀ ਕੀਤਾ ਤੁਸੀਂ? ਕਹਿਣ ਲੱਗੇ ਛੱਡ ਦਿੱਤਾ ਨੇਮ। ਬੜੀ ਖੁਸ਼ੀ ਨਾਲ ਕਹਿੰਦੇ ਆ, ਅਤੇ ਮੈਂ ਕਹਿੰਦਾ ਮਨ ਲੱਗੇ ਨਾ ਲੱਗੇ, ਕੂਕਣਾ ਬੰਦ ਨਾ ਕਰੀ, ਤੇਰਾ ਮਨ ਨਹੀਂ ਲੱਗਦਾ ਪਰ ਘੱਟੋ ਘੱਟ ਉਹ ਦੇਖਦਾ ਤਾਂ ਪਿਆ, ਵਿਚਾਰਾ ਬੇਬਸ ਹੋਇਆ ਫਿਰ ਵੀ ਬੈਠਾ ਗਏ। ਭਗਤਹੀਣ ਨਾਨਕ ਜੇ ਹੋਏਗਾ ਤਾਂ ਖਸਮੇ ਨਾ ਉਹ ਨਾ ਜਾਈ। ਫਿਰ ਕਹਿੰਦੇ ਮਹਾਰਾਜ ਛੱਡ ਦਿੱਤਾ। ਗੁਰੂ ਸਾਹਿਬ ਕਹਿੰਦੇ ਆ ਸਵਾਰੀ ਕਾਹਦੀ ਕਰ ਦਿਓ ਤੁਸੀਂ? ਕਹਿੰਦੇ ਘਰ ਘੋੜੇ ਰੱਖੇ ਆ ਜੀ। ਮਹਾਰਾਜ ਦੇਖੋ ਉਹਨਾਂ ਦੀ ਗੱਲ ਹੀ ਕਹਿੰਦੇ ਆ, ਕਹਿੰਦੇ ਨੇ ਘੋੜਾ ਜਦੋਂ ਬਿਮਾਰ ਹੁੰਦਾ ਫਿਰ ਕੀ ਕਰਦੇ ਹੋ? ਕਹਿੰਦੇ ਮਹਾਰਾਜ ਮਸਾਲਾ ਦਈਦਾ। ਗੁਰੂ ਸਾਹਿਬ ਕਹਿੰਦੇ ਮਸਾਲਾ ਆਪਣੇ ਆਪ ਲੈ ਲੈਂਦਾ? ਕਹਿੰਦੇ ਨਹੀਂ ਜੀ। ਕਹਿੰਦੇ ਜਦੋਂ ਘੋੜੇ ਨੂੰ ਬਿਮਾਰੀ, ਉਹਨੂੰ ਨਹੀਂ ਪਤਾ ਮੈਂ ਬਿਮਾਰ ਹਾਂ, ਮਸਾਲਾ ਦਿਓਗੇ ਸਮਝੇਗਾ ਮੇਰਾ ਦੁਸ਼ਮਣ ਹੈ। ਜਦੋਂ ਉਹਦਾ ਮੂੰਹ ਖੋਲ੍ਹ ਕੇ ਘੋੜੇ ਦਾ ਅਤੇ ਮਸਾਲਾ ਦਿੰਦੇ ਹੁੰਦੇ ਸਨ, ਜਾਂ ਤਾਂ ਇੱਕ ਹੁੰਦੀ ਸੀ ਜੀ ਆਪਣੀ ਨਾਲ ਹੁੰਦੀ ਸੀ ਲੱਕੜ ਦੀ ਬਾਂਸ ਦੀ, ਨਾਲ ਵੀ ਨਹੀਂ ਨਿਆਣਿਆਂ ਨੂੰ ਪਤਾ ਹੋਣਾ, ਇੰਜੈਕਸ਼ਨ ਥੋੜ੍ਹਾ ਲਾਉਂਦੇ ਸਨ, ਉਹ ਬਾਂਸ ਦੀ ਹੁੰਦੀ ਸੀ, ਅੱਜ ਕੱਲ੍ਹ ਲੋਹੇ ਦੀ ਵਰਦੇ ਆ ਕਈ। ਉਸ ਨਾਲ ਦਾ ਜਿਹੜਾ ਮੂੰਹ ਹੁੰਦਾ ਸੀ ਉਹ ਇਸ ਤਰ੍ਹਾਂ ਕੱਟਿਆ ਹੁੰਦਾ ਜਿਵੇਂ ਕਲਮ ਹੁੰਦੀ ਹੈ ਤ੍ਰਿਸ਼ਾ, ਉਹਦੇ ਵਿੱਚ ਪਾਉਣਾ ਮਸਾਲਾ ਘੋਲ ਕੇ। ਫਿਰ ਕਰਨਾ ਕੀ ਕਿ ਘੋੜੇ ਜਾਂ ਘੋੜੀ ਦੇ ਮੂੰਹ ਨੂੰ, ਮੱਝਾਂ ਨੂੰ ਇਸ ਤਰ੍ਹਾਂ ਦਿੰਦੇ ਰਹੇ, ਉਹਦਾ ਮੂੰਹ ਉੱਚਾ ਚੁੱਕ ਕੇ ਮੂੰਹ ਖੋਲ੍ਹ ਕੇ ਵਿੱਚ ਬਾਂਹ ਪਾ ਕੇ ਨਾ ਚੰਗੀ ਤਰ੍ਹਾਂ ਅਰਕ ਤੱਕ ਉਹ ਨਾਲ ਪਾ ਦੇਣੀ, ਅਤੇ ਨਾਲ ਹੀ ਕਹਿੰਦੇ ਸਨ ਇਹਦਾ ਕਾਜਾ ਕਰ ਦਿਓ। ਕਾਜਾ ਦਾ ਮਤਲਬ ਹੁੰਦਾ ਇਹਦਾ ਮੂੰਹ ਘੁੱਟ ਕੇ ਰੱਸੀ ਨਾਲ ਬੰਨ੍ਹ ਦਿਓ ਅਤੇ ਉੱਤਾਂ ਕਰ ਦਿਓ, ਥੱਲੇ ਮੂੰਹ ਹੋਵੇਗਾ ਅਤੇ ਮਸਾਲਾ ਥੱਲੇ ਸੱਟੇਗਾ ਨਾ। ਹੁਣ ਮੂੰਹ ਉੱਚਾ, ਪਹਿਲਾਂ ਮਸਾਲਾ ਦਿੱਤਾ ਫਿਰ ਉਹਦਾ ਕਾਜਾ ਕੀਤਾ। ਕਾਜਾ ਇਸ ਤਰ੍ਹਾਂ ਵੀ ਕੀਤਾ ਜਾਂਦਾ ਸੀ, ਮੂੰਹ ਬੰਨ੍ਹ ਕੇ ਅਤੇ ਉਹਦੇ ਜਿਹੜੀ ਹੁੰਦੀ ਸੀ ਨਾ ਆਪਣੀ ਜੀ ਕਾਠੀ, ਉਹਨੂੰ ਪਿਛਾਂ ਕਰਿਆਲੇ ਨੂੰ ਖਿੱਚ ਕੇ, ਰੱਸੀਆਂ ਪਿਛਾਂ ਘੁੱਟ ਕੇ ਨਾ ਬੰਨ੍ਹਦੇ, ਮੂੰਹ ਉੱਚਾ। ਮਹਾਰਾਜ ਕਹਿੰਦੇ ਆ ਮਸਾਲਾ ਘੋੜਾ ਨਹੀਂ ਲੈਂਦਾ, ਉਹਨੂੰ ਪਤਾ ਹੀ ਨਹੀਂ ਵਿਚਾਰੇ ਨੂੰ ਮੈਂ ਬਿਮਾਰ ਹਾਂ, ਪਰ ਸਾਨੂੰ ਪਤਾ ਹੈ ਓਨੀ ਦੇਰ ਤੱਕ ਤੁਸੀਂ ਮੂੰਹ 'ਚੋਂ ਹੱਥ ਨਹੀਂ ਕੱਢਦੇ, ਉਹਦਾ ਮੂੰਹ ਥੱਲੇ ਨਹੀਂ ਕਰਦੇ ਜਿੰਨੀ ਦੇਰ ਤੱਕ ਮਸਾਲਾ ਨਾ ਜਾਏ। ਆਖਰ ਘੋੜਾ ਥੱਕ ਕੇ ਮਸਾਲਾ ਲੈ ਲੈਂਦਾ। ਕਹਿਣ ਲੱਗੇ ਮਨ ਤਾਂ ਘੋੜੇ ਤੋਂ ਵੱਧ ਚੰਚਲ ਹੈ, ਓਨੀ ਦੇਰ ਤੱਕ ਬਾਣੀ ਨਾ ਛੱਡਿਓ ਜਿੰਨੀ ਦੇਰ ਤੱਕ ਬੰਦਾ ਬਣ ਕੇ ਟੇਕ ਨਾ ਜਾਏ। ਆਪਾਂ ਨਹੀਂ ਥੱਕਣਾ, ਘੋੜੇ ਨੂੰ ਥਕਾਉਣਾ ਹੈ। ਮੈਂ ਬੇਨਤੀ ਕਰਾਂਗਾ ਕਿ ਭੁੱਲਾਂ ਕੀ ਹੈ? ਭੁੱਲਣਾ ਉਦੋਂ ਸ਼ੁਰੂ ਹੁੰਦਾ ਜਦੋਂ ਦੂਜਾ ਕੋਈ ਆ ਜਾਂਦਾ। ਇਹ ਇਹੀ ਫੈਮਿਲੀ 'ਚ ਹੈ ਸੱਚ ਇਹ ਵੇ। ਜਦੋਂ ਬੱਚੇ ਦਾ ਲਗਾਵ ਮਾਪਿਆਂ ਨਾਲ ਘੱਟਦਾ, ਯਾਦ ਰੱਖਿਓ ਉਹਦੀ ਥਾਂ ਕੋਈ ਹੋਰ ਆ ਚੁੱਕਾ ਹੈ। ਸੰਸਾਰ 'ਚ ਇਸ ਤਰ੍ਹਾਂ ਹੈ, ਮਿੱਤਰ ਨਾਲੋਂ ਮਿੱਤਰ ਨਾਤਾ ਤੋੜਦਾ ਕੋਈ ਹੋਰ ਹੁੰਦਾ। ਭੁੱਲਾਂ ਦਾ ਲਫ਼ਜ਼ੀ ਅਰਥ ਮੈਂ ਬੇਨਤੀ ਕਰਾਂਗਾ ਕਿ ਜਦੋਂ ਸੁਰਤ ਵਿੱਚੋਂ ਉਹ ਭੁੱਲ ਜਾਏ
ਜਿਹਨੂੰ ਜ਼ਬਾਨ ਨਾਲ ਬੋਲਦੇ ਪਏ, ਇਹ ਪਹਿਲਾ ਸਟੈਪ ਹੈ ਅੰਦਰ ਦੀ ਖੁਆਰੀ ਦਾ, ਭੁੱਲਣਾ। ਹੁਣ ਉਸ ਤੋਂ ਬਾਅਦ ਕੀ ਹੁੰਦਾ ਜੀ, ਗੁਰੂ ਸਾਹਿਬ ਨੇ ਦੂਜਾ ਸ਼ਬਦ ਵਰਤਿਆ, ਮਤ ਦੇਖ ਭੁੱਲਾਂ। ਹੁਣ ਕੱਲ੍ਹ ਲਿਖਾਂਗੇ ਤੂੰ ਘਰ ਚੰਗਾ ਦੇ ਦਿੱਤਾ, ਇਹ ਤੁਕ ਚਾਰੇ ਪਦਿਆਂ 'ਚ ਆਉਣੀ ਹੈ, ਤਾਂ ਮੈਂ ਇਸ ਲਈ ਵਿਸ਼ੇਸ਼ ਬੇਨਤੀ ਕਰਨ ਲੱਗਾ ਕਿ ਭੁੱਲਾ ਦਾ ਅਰਥ ਹੈ ਜਦੋਂ ਕੋਈ ਦੂਜਾ ਆ ਗਿਆ, ਉਹ ਭੁੱਲ ਗਿਆ। ਅਤੇ ਮਹਾਰਾਜ ਕਹਿੰਦੇ ਆ ਫਿਰ ਜਦੋਂ ਭੁੱਲਣਾ ਸ਼ੁਰੂ ਹੋਇਆ, ਜਿਹੜੀ ਨਾਮ ਦੀ ਅੰਦਰ ਚੱਲਦੀ ਪਈ ਸੀ ਬਖਸ਼ਿਸ਼ ਜਾਂ ਰੋਂ, ਹੋਇਆ ਕਿ ਉਹਦੇ ਵਿੱਚੋਂ ਇੱਕੋਦਮ ਵਿਸਿਮਰਨ ਹੋਣਾ ਸ਼ੁਰੂ ਹੋ ਗਿਆ। ਵਿਸਿਮਰਨ ਦਾ ਇੱਕ ਸਿਮਰਨ ਹੈ, ਇੱਕ ਵਿਸਿਮਰਨ। ਸਿਮਰਨ ਦਾ ਅਰਥ ਯਾਦ, ਵਿਸਿਮਰਨ ਦਾ ਅਰਥ ਹੈ ਸਿਮਰਨ ਦਾ ਚਲਾ ਜਾਣਾ। ਭੁੱਲਣਾ ਸ਼ੁਰੂ ਹੋਇਆ, ਅੰਦਰ ਵਿਸਿਮਰਨ ਆ ਗਿਆ, ਉਹ ਵਿਸਰ ਗਿਆ। ਅਤੇ ਜਦੋਂ ਫਿਰ ਕਈ ਸਾਲਾਂ ਬਾਅਦ ਹੋਸ਼ ਆਈ ਵੀ ਮੈਂ ਤਾਂ ਸਭ ਕੁਝ ਗਵਾਹ ਬੈਠਾ, ਹੁਣ ਯਤਨ ਕਰਦਾ ਪਿਆ ਚਿੱਤ ਵਿੱਚ ਦੁਬਾਰਾ ਨਾਮ ਵੜਦਾ ਹੀ ਨਹੀਂ ਪਿਆ। ਹੇ ਸਤਿਗੁਰੂ, ਤੁਸੀਂ ਕਿੰਨੇ ਸੋਹਣੇ ਤਿੰਨ ਸ਼ਬਦ ਵਰਤੇ, ਭੁੱਲਾਂ, ਵਿਸਰੈ, ਚਿੱਤ ਨਾ ਆਵੈ ਨਾਉ। ਸਭ ਤੋਂ ਪਹਿਲਾਂ ਭੁੱਲ ਗਿਆ ਅੰਦਰ ਕਿਸੇ ਦੂਜੇ ਵੱਲ ਦੇਖ ਕੇ, ਜਦੋਂ ਭੁੱਲਿਆ ਉਦੋਂ ਫਿਰ ਆਹਿਸਤਾ ਆਹਿਸਤਾ ਉਸਨੇ ਆਪਣੀ ਥਾਂ ਸਿਮਰਨ ਵਾਲੀ ਥਾਂ ਲੈ ਲਈ, ਪਰਮਾਤਮਾ ਦਾ ਵਿਸਿਮਰਨ ਹੋ ਗਿਆ। ਅਤੇ ਪਿਆਰਿਓ, ਚਿੱਤ ਵਿੱਚੋਂ ਨਿਕਲ ਗਿਆ, ਤੁਰ ਅੰਦਰ ਜਿਹੜਾ ਚੱਲਦਾ ਸੀ ਉਹ ਵੀ ਨਾ ਰਿਹਾ। ਮਹਾਰਾਜ ਕਹਿੰਦੇ ਨੇ ਪਰਮਾਤਮਾ ਤਰਸ ਕਰੀ, ਤੂੰ ਘਰ ਦੇ, ਤੂੰ ਪਰਿਵਾਰ ਦੇ, ਤੂੰ ਸਮਾਧੀ ਦੇ, ਤੂੰ ਰਾਜ ਭਾਗ ਤਖ ਦੇ, ਪਰ ਆਹ ਤਿੰਨ ਭਾਣੇ ਨਾ ਮੇਰੇ ਨਾਲ ਵਾਪਰ ਜਾਣ ਕੇ, ਅਤੇ ਇਹਨਾਂ ਨੂੰ ਦੇਖ ਕੇ ਮੈਂ ਭੁੱਲ ਨਾ ਜਾਵਾਂ, ਮੈਂ ਵਿਸਰ ਨਾ ਜਾਵਾਂ, ਕਿਤੇ ਮੇਰੇ ਚਿੱਤ ਵਿੱਚ ਦੁਬਾਰਾ ਕਿਤੇ ਤੇਰਾ ਨਾਮ ਨਾ ਆਵੇ। ਮੈਨੂੰ ਇਹ ਹੀ ਖਤਰਾ ਲੱਗ ਰਿਹਾ ਕਿ ਨਾਮ ਨਾ ਭੁੱਲ ਜਾਏ। ਫਿਰ ਅਰਜ਼ ਕਹਿ ਜੀ, ਸਭ ਤੋਂ ਪਹਿਲਾਂ ਭੁੱਲਦਾ ਹੈ ਅਤੇ ਭੁੱਲਣ ਦੀ ਦੇਰ ਹੁੰਦੀ ਹੈ। ਮੈਂ ਇੱਕ ਦਿਨ ਅਰਜ਼ ਕੀਤੀ ਸੀ, ਇਹ ਤਾਂ ਇੰਨਾ ਇਹ ਵੇ ਜੀ ਮਨ, ਇਹ ਸੱਚੀ ਮੁੱਚੀ ਐਂ ਛਾਲਾ ਮਾਰਦਾ ਬੈਠਾ, ਭੱਜਣ ਦੀ ਕਰਦਾ। ਇਹ ਜਿਵੇਂ ਨਿਆਣਾ ਨਹੀਂ ਨਾ ਟੇਕ ਕੇ ਬਹਿੰਦਾ, ਇਹ ਵੀ ਕੋਈ ਨਹੀਂ ਟੇਕ ਕੇ ਬਹਿੰਦਾ, ਭੱਜਦਾ। ਪਰ ਮੇਰੀ ਬੇਨਤੀ ਹੈ, ਜਿਹਦੇ ਚਿੱਤ 'ਚੋਂ ਨਾ ਨਿਕਲੇ, ਯਾਦ ਰੱਖਿਓ ਉਹਦੇ ਸਾਰੀਆਂ ਬਖਸ਼ਾਂ ਵਰਤੀਆਂ। ਚਿੱਤ ਕੀ ਚੀਜ਼ ਹੈ, ਇਹ ਸਾਰੇ ਵਿਸ਼ੇ। ਮੈਂ ਇੱਕ ਵਾਰ ਕਿਹਾ ਸੀ ਜੀ, ਦਿਲ ਕਰਦਾ ਹੈ ਜ਼ਰੂਰ ਸੰਗਤ ਨਾਲ ਜਿੰਨੀ ਕੁ ਸਮਝੇ ਸਾਂਝੇ ਕਰਨ ਨੂੰ, ਪਰ ਕਈ ਵਾਰੀ ਕਹਿੰਦੇ ਕੀ ਫੋਕੀਆਂ ਜਿਹੀਆਂ ਗੱਲਾਂ ਕਰ ਦਿੱਤੀਆਂ। ਚਿੱਤ ਕੀ ਹੈ, ਚਿੱਤ ਦਾ ਥੋੜ੍ਹਾ ਜਿਹਾ ਰਿਸ਼ਤਾ ਮਨ ਨਾਲ ਹੈ। ਚਲੋ ਇਹਨੂੰ ਇਹ ਕਈ ਵਿਦਵਾਨ ਹੁਣ ਸਭ ਕੌਨਸ਼ੀਅਸ ਮਾਇੰਡ ਨੂੰ, ਵਾਹਿਗੁਰੂ ਜੀ ਕੌਨਸ਼ੀਅਸ, ਸਭ ਕੌਨਸ਼ੀਅਸ, ਅਨਕੌਨਸ਼ੀਅਸ, ਸੁਪਰ ਕੌਨਸ਼ੀਅਸ, ਇਸ ਤਰ੍ਹਾਂ ਹੀ ਇਹ ਸਿਮਨ ਫਰਾਈਡ ਕਹਿੰਦਾ ਨਾ। ਪਰ ਅਸੀਂ ਸਿੱਧੇ ਜੇ ਪੰਜਾਬੀ ਸ਼ਬਦ ਵਰਤਨੇ ਆ, ਸਚੇਤ ਮਨ, ਅਚੇਤ ਮਨ, ਅਵਚੇਤ ਮਨ, ਇਹ ਸ਼ਬਦ ਵਰਤਨੇ। ਭਾਈ ਸਾਹਿਬ ਗੁਰੂ ਵੀਰ ਸਿੰਘ ਉਹਨਾਂ ਨੇ ਇੱਕ ਸ਼ਬਦ ਗੁਰੂ ਗ੍ਰੰਥ ਸਾਹਿਬ 'ਚ ਹੁੰਦਾ, ਤਲ ਹੀਲ, ਹਿਰਦੇ ਦਾ ਤਲ। ਜਿੱਥੇ ਚਿੱਤ ਵਿੱਚ ਨਾਮ ਚਲਾ ਜਾਏ ਨਾ ਜੀ, ਮੈਂ ਮਨ ਦੀ ਗੱਲ ਛੱਡੂ, ਜਿਹੜਾ ਬਿਲਕੁਲ ਚਿੱਤ ਵੀ ਚਲਾ ਜਾਏ, ਸਭ ਕੌਨਸ਼ੀਅਸ ਮਾਇੰਡ ਨੂੰ ਇਹੀ ਕਹਿੰਦੇ ਨੇ ਨਾ ਕਿ ਇਹ ਮਨ ਜਿਹੜਾ ਹੈ ਸਾਰਾ ਦਿਨ ਦੇਖਦਾ, ਅਤੇ ਇਹ ਵੀ ਇੱਕ ਰੱਬ ਦੀ ਦਾਤ ਹੈ ਭੁੱਲਣ ਦੀ। ਯਾਦ ਰੱਖਿਓ, ਨਾਮ ਭੁੱਲਣਾ ਨਹੀਂ। ਜੇ ਬੰਦੇ ਨੂੰ ਨਾ ਭੁੱਲਦਾ ਹੋਵੇ ਤਾਂ ਬੰਦਾ ਕਮਲਾ ਹੋ ਜਾਏ। ਪਿਛਲੀਆਂ ਬੀਤੀਆਂ ਘਟਨਾਵਾਂ, ਜਦੋਂ ਕੌੜੇ ਤਜਰਬੇ, ਮੌਤ, ਘਰ ਦਾ ਦੁਖਾਂਤ, ਘਰ ਦਾ ਅਪਮਾਨ, ਜੇ ਹਰ ਵਕਤ ਚਿੰਤਨ 'ਚ ਰਹਿ ਬੰਦਾ ਸੱਚੀ ਮੁੱਚੀ ਸ਼ਦਾਈ ਹੋ ਜਾਏ। ਰੱਬ ਦਾ ਸ਼ੁਕਰ ਕਰੋ, ਉਹਨੇ ਭੁੱਲਣ ਦੀ ਤਾਕਤ ਦਿੱਤੀ ਹੈ। ਤੁਸੀਂ ਇੱਕ ਦਿਨ ਤੋਂ ਵੱਧ ਗੱਲਾਂ ਚੇਤੇ ਨਹੀਂ ਰੱਖ ਸਕਦੇ। ਉਂਝ ਵੈਸੇ ਇਹਨੂੰ ਧਿਆਨ ਨਾਲ ਸੁਣਿਓ, ਜੇ ਚੇਤਾ ਪਿਛਾ ਨੂੰ ਜ ਲਿਜਾਣ ਲੱਗੀਏ ਨਾ, ਇੱਕ ਇੱਕ ਦਿਨ ਚੇਤੇ ਕਰੋ, ਅਤੇ ਕਈ ਵਾਰੀ ਬੰਦਾ ਆਪਣੇ ਪਾਪਾਂ ਨੂੰ ਚੇਤੇ ਕਰ ਕਰਕੇ ਸ਼ਦਾਈ ਹੋ ਜਾਂਦਾ, ਕਿਉਂਕਿ ਚੇਤੇ ਵਿੱਚ ਮੰਦਾਪਨ ਵੀ ਆਉਣਾ। ਇੱਥੋਂ ਤੱਕ ਕਿਹਾ ਜਾਂਦਾ ਵੀ ਜਿਹੜੇ ਬੰਦੇ ਮੈਡੀਟੇਸ਼ਨ 'ਚ ਪਿਛਾ ਨੂੰ ਜਾਂਦੇ ਆ, ਕਈ ਵਾਰੀ ਉਹਨਾਂ ਨੂੰ ਮਾਂ ਦੇ ਉਧਰ 'ਚੋਂ ਦੁਬਾਰਾ ਫਿਰ ਨਿਕਲਣਾ ਪੈਂਦਾ ਹੈ, ਕਿਉਂਕਿ ਬੈਕ ਜਾ ਰਹੇ ਨਾ, ਉਹ ਕਮਲੇ ਹੋ ਜਾਣਗੇ, ਉਹ ਉਸ ਪਾਸੇ ਕਦੀ ਨਹੀਂ ਕੋਈ ਤੁਰਦਾ। ਇਸੇ ਕਰਕੇ ਗੁਰੂ ਕਹਿੰਦਾ ਤੂੰ ਅਗਾਂਹ ਕੋ ਤਰਾਂਗ, ਤੈਨੂੰ ਜਨਮ ਮਿਲਿਆ, ਹੁਣ ਅਗਾਂਹ ਨੂੰ ਚੱਲ। ਜਿਹੜਾ ਸਭ ਕੌਨਸ਼ੀਅਸ ਮਾਇੰਡ ਹੈ, ਅਚੇਤ ਮਨ ਹੈ, ਇਹਦੇ 'ਚ ਬਹੁਤ ਕੁਝ ਭਰਿਆ ਪਿਆ, ਐਂ ਸਟੋਰ ਭਰਿਆ ਪਿਆ ਜੀ। ਅਤੇ ਮੈਂ ਇੱਕ ਦਿਨ ਕਿਹਾ ਸੀ, ਇੱਥੇ 2 ਸਾਲ ਪਹਿਲਾਂ ਕਥਾ ਕਰਦਿਆਂ ਕਿਹਾ ਸੀ ਕਿ ਗੁਰਮੁਖੋ, ਕਈ ਵਾਰੀ ਕੀ ਹੁੰਦਾ ਹੈ, ਅਸੀਂ ਕਿਸੇ ਬੰਦੇ ਦਾ ਨਾਂ ਚੇਤੇ ਕਰਨੇ ਆ, ਅਤੇ ਕੰਨ ਮਲਣ ਲੱਗ ਪੈਂਦਾ ਬੰਦਾ, ਜਾਂ ਹੱਥ ਮਾਰਦਾ, ਉਹ ਮੇਰੇ ਮੂੰਹ 'ਚ ਘੁੰਮਦਾ ਪਿਆ, ਆ ਨਹੀਂ ਚੇਤੇ ਨਹੀਂ ਆ ਰਿਹਾ। ਕਹਿੰਦਾ ਚਲੋ ਛੱਡੋ, ਆਪ ਹੀ ਚੇਤੇ ਆ ਜਾਏਗਾ। ਯਾਦ ਰੱਖਿਓ,
ਕੌਂਸ਼ੀਅਸ ਚ ਨਹੀਂ ਹੈਗਾ। ਉਹਨੇ ਸਭ ਕੌਂਸ਼ੀਅਸ ਨੂੰ ਫਾਈਲ ਭੇਜ ਦਿੱਤੀ ਵੀ ਆਹ ਬੰਦਾ ਸੀ ਮੈਂ ਤੇਰੇ ਸਟੋਰ ਚ ਰੱਖਿਆ, ਤੇ ਦਸਾਂ ਕੁ ਮਿੰਟਾਂ ਬਾਅਦ ਕਹਿੰਦੇ ਉਹ ਮੈਨੂੰ ਚੇਤੇ ਆ ਗਿਆ ਉਹਦਾ ਨਾਂ ਇਹ ਸੀ। ਐਵੇਂ ਨਹੀਂ ਚੇਤੇ ਆ ਗਿਆ, ਸਭ ਕੌਂਸ਼ੀਅਸ ਮਾਈਂਡ ਵਿੱਚ ਪਿਆ ਹੋਇਆ ਸੀ, ਉਹਨੇ ਦੱਸ ਦਿੱਤਾ। ਹੁਣ ਜੋ ਕੁਝ ਆਪਾਂ ਗੁਰਬਾਣੀ ਦਾ ਇਸ ਕੌਂਸ਼ੀਅਸ ਵਿੱਚ ਕੌਂਸ਼ੀਅਸ ਮਾਈਂਡ ਜੋ ਸੁਣ ਰਹੇ ਹਾਂ ਇਹ ਸਭ ਕੌਂਸ਼ੀਅਸ ਜਾਏਗਾ। ਪਰ ਯਾਦ ਰੱਖਿਓ ਚੇਤੇ ਵਿੱਚ ਗਿਆ ਹੋਇਆ ਨਾਮ ਉਹ ਇੰਨੀ ਬਖਸ਼ਿਸ਼ ਕਰਦਾ, ਵੱਡੀ ਤੋਂ ਵੱਡੀ ਮੁਸੀਬਤ ਨੂੰ ਵੀ ਚੇਤਾ ਟਾਲ ਕੇ ਰੱਖ ਦਿੰਦਾ। ਚਿੱਤ ਜੇ ਨਾਮ ਚਲਾ ਜਾਏ, ਚਿੱਤ ਨਾ ਆਵੇ ਨਾ ਮਾਰੇ, ਤੀਜਾ ਸ਼ਬਦ ਵਰਤਿਆ। ਕਹਿਣ ਲੱਗੇ ਭੁੱਲੇ ਵਿਸਰੇ ਫਿਰ ਵੀ ਗੱਲ ਬਣ ਜਾਏ, ਜੇ ਚਿੱਤ ਵਿੱਚੋਂ ਨਿਕਲ ਗਿਆ ਫਿਰ ਕਹਾਣੀ ਗਈ, ਫਿਰ ਨਹੀਂ। ਅਜਾਮਲ ਦੇ ਚਿੱਤ 'ਚੋਂ ਨਹੀਂ ਸੀ ਨਿਕਲਿਆ, ਯਾਦ ਰੱਖਿਓ, ਹੋਰ ਤਰ੍ਹਾਂ ਦਾ ਲੱਗੇਗਾ। ਅਸੀਂ ਸਾਰੇ ਪੜ੍ਹਦੇ ਹਾਂ ਜੀ ਭਾਈ ਗੁਰਦਾਸ ਸਾਹਿਬ ਕਹਿੰਦੇ ਗੁਰਦੁਆਰੇ ਜਾ ਕੇ ਨਾਂ ਪੁੱਤਰ ਦਾ ਰੱਖਿਆ ਅਜਾਮਲ ਨੇ, ਗੁਰੂ ਨੇ ਕਿਹਾ ਨਾਰਾਇਣ ਰੱਖ। ਹੁਣ ਇਹ ਜੀ ਵੇਖੋ ਨਾਮ ਦੀ ਸ਼ਕਤੀ ਨੂੰ ਸਮਝੋ, ਐਵੇਂ ਖੰਡਨ ਨਾ ਕਰੀਏ। ਪੁੱਤਰ ਖੇਤ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਪੁੱਤਰ ਨੂੰ ਆਵਾਜ਼ਾਂ ਮਾਰਦਾ, ਅਖੀਰਲੀ ਸੰਤਾਨ ਨਾਰਾਇਣ ਹੈ, ਉਹ ਨਾਰਾਇਣ ਨਾਰਾਇਣ ਆਵਾਜ਼ਾਂ ਮਾਰ ਰਿਹਾ। ਕਿਉਂ? ਕਿਉਂਕਿ ਗੁਰੂ ਨੂੰ ਪਤਾ ਸੀ ਕਿ ਜਿਸ ਸ਼ਬਦ ਦਾ ਮੈਂ ਅਭਿਆਸ ਕਰਾਇਆ ਉਹ ਨਾਰਾਇਣ ਹੈ, ਇਹਦੇ ਚਿੱਤ ਵਿੱਚ ਪਿਆ ਹੈ, ਪਰ ਉੱਤੇ ਭੁੱਲ ਗਿਆ ਹੈ, ਉੱਤੇ ਵਿਸਰ ਗਿਆ ਹੈ, ਇਹਨੂੰ ਵਾਸ਼ਨਾ ਨੇ ਢੱਕਿਆ। ਉਹਨਾਂ ਕਿਹਾ ਇੱਕ ਕੰਮ ਕਰ, ਮਰਨ ਵੇਲੇ ਸੁਰਤ ਇੱਕੋਦਮ ਜੇ ਟਿਕੇਗੀ ਨਾਰਾਇਣ ਆਵਾਜ਼ ਮਾਰੀ, ਉਹ ਪੁੱਤਰ ਨੂੰ ਆਵਾਜ਼ ਮਾਰਦਾ ਨਾਰਾਇਣ ਨਾਰਾਇਣ ਮੈਨੂੰ ਬਚਾ। ਪੁੱਤਰ ਨਾਰਾਇਣ ਇੱਕ ਪਾਸੇ ਰਹਿ ਗਿਆ, ਚਿੱਤ ਵਾਲਾ ਨਾਰਾਇਣ ਬਾਹਰ ਆ ਗਿਆ। ਉਹ ਸ਼ਬਦ ਸੀ ਜੀ, ਮਹਾਰਾਜ ਕਹਿੰਦੇ ਚਿੱਤ 'ਚੋਂ ਨਾ ਵਿਸਰੇ। ਇਹ ਤਿੰਨ ਸਟੈਪ ਨੇ, ਪਹਿਲਾਂ ਭੁੱਲਦਾ ਹੈ, ਫਿਰ ਵਿਸਿਮਰਨ ਹੁੰਦਾ ਹੈ, ਫਿਰ ਚਿੱਤ ਵਿੱਚੋਂ ਨਿਕਲ ਜਾਂਦਾ, ਫਿਰ ਬੰਦੇ ਦੀ ਪੂਰੀ ਬੋਡੀ 'ਤੇ ਵਾਸ਼ਨਾ ਜਿਵੇਂ ਕੈਂਸਰ ਦੇ ਸੈੱਲ ਕਬਜ਼ ਹੋ ਜਾਂਦੇ ਨਾ, ਸੱਚੀ ਮੁੱਚੀ ਪੂਰੀ ਬੋਡੀ ਨੂੰ ਮਨ ਨੂੰ ਚਿੱਤ ਨੂੰ ਵਾਸ਼ਨਾ ਫਿਰ ਘੇਰ ਲੈਂਦੀ ਹੈ। ਪਰ ਜਿਹਨੂੰ ਚੇਤੇ ਆ ਜਾਏ, ਚਿੱਤ 'ਚੋਂ ਨਾ ਨਿਕਲੇ। ਗੁਰਮੁਖੋ ਕਈ ਵਾਰੀ ਗੁਰਦੁਆਰੇ ਦੀ ਗੈਰ ਹਾਜ਼ਰੀ ਹੋ ਜਾਂਦੀ ਹੈ, ਪਰ ਤੁਸੀਂ ਕੰਮ 'ਤੇ ਬੈਠੇ ਜਦੋਂ ਗੁਰਦੁਆਰਾ ਚੇਤੇ ਕਰਦੇ ਹੋ ਹਾਜ਼ਰੀ ਉਦੋਂ ਵੀ ਲੱਗ ਜਾਂਦੀ ਹੈ। ਚਿੱਤ 'ਚ ਤਾਕਤ ਹੈ ਜੀ, ਪਰ ਇਹ ਤਜਰਬਾ ਨਹੀਂ ਰੋਜ਼ ਕਰਨਾ, ਮੇਰੀ ਬੇਨਤੀ ਹੈ। ਇਹ ਹਾਂ ਹੋ ਜਾਂਦਾ, ਗੁਰੂ ਸਾਹਿਬ ਦੇ ਵੇਲੇ ਹੋਇਆ, ਆਨੰਦਪੁਰ ਸਾਹਿਬ ਹੋਇਆ। ਤੁਹਾਨੂੰ ਸਭ ਨੂੰ ਪਤਾ ਕਿ ਨਾਲ ਦੇ ਪਿੰਡ 'ਚ ਸਾਂਗ ਸੀ ਜੀ, ਤਮਾਸ਼ਾ ਕਹਿੰਦੇ ਨੇ, ਨਾਟਕ ਕਹਿੰਦੇ ਨੇ, ਪਰ ਉਦੋਂ ਆਹ ਸਾਂਗ ਨਹੀਂ ਸਨ। ਅਜੇ ਵੀ ਤੁਸੀਂ ਦੇਖਿਓ ਹਰੀਸ਼ ਚੰਦਰ ਦੇ, ਪ੍ਰਹਿਲਾਦ ਦੇ, ਧਰੂ ਦੇ ਜਿਵੇਂ ਪਾਤਰ ਬਣ ਕੇ ਕਰਦੇ ਸਨ ਜੀ, ਜਿਵੇਂ ਰਾਸ ਪਾਉਂਦੇ ਸਨ। ਅਤੇ ਵੇਲਾ ਸੀ ਅਮਨ ਅਮਾਨ ਦਾ, ਸਿੱਖ ਆਨੰਦਗੜ੍ਹ ਦੇ ਕਿਲੇ ਅੱਗੇ ਖਲੋਤੇ, ਅੱਧੇ ਕਹਿੰਦੇ ਚਲੋ ਦਰਵਾਜ਼ਾ ਤਾਂ ਅੰਮ੍ਰਿਤ ਵੇਲੇ ਖੁੱਲ੍ਹਣਾ, ਚਲੋ ਵੇਖ ਕੇ ਆਈਏ ਤਮਾਸ਼ਾ। ਅੱਧੇ ਕਹਿੰਦੇ ਮਹਾਰਾਜ ਉੱਠ ਪਏ, ਫਿਰ ਇੱਥੇ ਜੀ ਅੱਧੇ ਚੱਲ ਪਏ, ਅੱਧੇ ਖਲੋਤੇ ਰਹੇ। ਸ਼ਰਧਾਲੂ ਸਿੱਖ ਵੀ ਅਸੀਂ ਮਹਾਰਾਜ ਦੀ ਸੇਵਾ 'ਚ ਖਲੋਤੇ ਹਾਂ। ਸਵੇਰੇ ਮਹਾਰਾਜ ਦਾ ਦਰਬਾਰ ਸਜਿਆ ਅਤੇ ਕਹਿੰਦੇ ਨੇ ਪਹਿਰੇਦਾਰ ਸੱਦੋ। ਜਦੋਂ ਸੱਦ ਲਏ, ਜਿਹੜੇ ਗੈਰ ਹਾਜ਼ਰ ਸਨ ਉਹਨਾਂ ਦੇ ਮਨ 'ਚ ਆ ਗਿਆ ਸ਼ਾਮਤ ਆ ਗਈ। ਸ਼ਾਮਤ ਸ਼ਬਦ ਬੜਾ ਪੁਰਾਣਾ ਹੈ ਜੀ, ਮੁਸੀਬਤ ਆ ਗਈ, ਹੁਣ ਕੀ ਬਣੇਗਾ। ਅਤੇ ਜਿਹੜੇ ਹਾਜ਼ਰ ਸਨ ਉਹ ਖੁਸ਼ ਨੇ ਵੀ ਅੱਜ ਸਾਨੂੰ ਸਰੋਪੇ ਮਿਲ ਗਏ ਸੀ, ਇੱਥੇ ਖਲੋਤੇ ਸਨ। ਮਹਾਰਾਜ ਕਹਿੰਦੇ ਜਿਹੜੇ ਗੈਰ ਹਾਜ਼ਰ ਸਨ ਪਹਿਲਾਂ ਉਹ ਆਓ, ਉਹ ਕੰਬ ਦੇ ਕੋਲ ਹੈ। ਮਹਾਰਾਜ ਕਿਹਾ ਸ਼ਾਬਾਸ਼। ਅਤੇ ਜਿਹੜੇ ਹਾਜ਼ਰ ਸਨ ਉਹ ਕਹਿੰਦੇ ਨੇ ਇਹ ਕੀ ਗੱਲ ਹੋ ਗਈ, ਕਿਤੇ ਭੁਲੇਖਾ ਤਾਂ ਨਹੀਂ ਲੱਗ ਗਿਆ, ਹਾਜ਼ਰ ਅਸੀਂ ਸਾਂ। ਮਹਾਰਾਜ ਹੱਸ ਕੇ ਕਹਿੰਦੇ ਫੁਰਨੇ ਮਤ ਬਣਾਓ, ਅੱਜ ਰਾਤ ਹਾਜ਼ਰ ਗੈਰ ਹਾਜ਼ਰ ਸੀ, ਗੈਰ ਹਾਜ਼ਰ ਹਾਜ਼ਰ ਸੀ। ਸਤਿਗੁਰੂ ਸਮਝੇ ਨਹੀਂ, ਹਜ਼ੂਰ ਕਹਿੰਦੇ ਆ ਤੁਸੀਂ ਕਿਲੇ ਅੱਗੇ ਖਲੋਤੇ ਪਰ ਆਪਣੀ ਚਿੱਤ ਨੂੰ ਪੁੱਛੋ, ਤਲ ਹੀਲ ਨੂੰ ਪੁੱਛੋ। ਤੁਸੀਂ ਬੋਡੀ ਕਰਕੇ ਕਿਲੇ ਅੱਗੇ ਖਲੋਤੇ ਸੀ ਪਰ ਚਿੱਤ ਕਰਕੇ ਕਹਿੰਦੀ ਸੀ ਤਮਾਸ਼ਾ ਕਿੱਡਾ ਸੋਹਣਾ ਚੱਲਦਾ ਹੋਣਾ। ਇਹ ਵਿਚਾਰੇ ਅੱਖਾਂ ਨਾਲ ਤਮਾਸ਼ਾ ਵਹਿੰਦੇ ਸਨ, ਇਹਨੂੰ ਪੁੱਛੋ ਕੀ ਦੇਖਿਆ। ਕਹਿੰਦੇ ਮਹਾਰਾਜ ਪੁਚੇਤੇ ਹੀ ਕੋਈ ਨਹੀਂ ਰਿਹਾ, ਧਿਆਨ ਹੀ ਤੁਹਾਡੇ ਬਿਸਤਰੇ ਵੱਲ ਸੀ, ਮਹਾਰਾਜ ਉੱਠ ਪਏ ਤਾਂ ਬਣੇਗਾ ਕੀ। ਮਹਾਰਾਜ ਕਹਿੰਦੇ ਹੁਣ ਦੇਖੋ ਕਿਹਦੀ ਹਾਜ਼ਰੀ ਲੱਗੀ, ਹਾਜ਼ਰ ਗੈਰ ਹਾਜ਼ਰ ਹੋ ਗਏ। ਗੁਰਮੁਖੋ ਕਈ ਐਸੇ ਗੁਰਮੁਖ ਪਿਆਰੇ ਆ ਜਿਹੜੇ ਟੈਕਸੀਆਂ ਗੱਡੀਆਂ ਟਰੱਕ ਚਲਾਉਂਦੇ ਵੀ ਗੁਰਦੁਆਰੇ ਦੀ ਹਾਜ਼ਰੀ ਭਰਦੇ ਆ। ਮੈਂ ਆਪਣੀ ਗੱਲਾਂ ਕਰਾਂਗਾ, ਸਾਡੇ ਵਰਗੇ ਸਟੇਜ 'ਤੇ ਬੈਠੇ ਵੀ ਬਾਜ਼ਾਰ ਬਣਾਈ ਬੈਠੇ। ਚਿੱਤ ਵਿੱਚ ਨਾਮ ਨਾ ਵਿਸਰੇ, ਚਿੱਤ ਵੀ ਜਾਂਦਾ ਜੇ ਭੁੱਲੇ ਨਾ, ਜੇ ਵਿਸਰੇ ਨਾ। ਫਿਰ ਬੇਨਤੀ ਸੁਣੀ, ਜਦੋਂ ਚਿੱਤ ਵੀ ਚਲਾ ਜਾਏਗਾ ਉਦੋਂ ਚਿੱਤ ਵਿੱਚ ਗਿਆ ਹੋਇਆ ਨਾਮ ਵੱਡੀ ਤੋਂ ਵੱਡੀ ਮੁਸੀਬਤ ਨੂੰ ਵੀ ਆਸਾਨ ਬਣਾ ਦੇਗਾ। ਪਰ ਵਿਸਰ ਜਾ ਫਿਰ ਨਹੀਂ। ਇੱਕ ਬਚਨ ਹੈ, ਜਿਸ ਤੂੰ ਆਵੇਂ ਚਿੱਤ ਤਿਸ ਨੂੰ ਸਦਾ ਸੁੱਖ। ਚਿੱਤ ਨਾ ਆਵੇ ਨਾ ਵਾਹਿਗੁਰੂ, ਪਹਿਲਾਂ ਭੁੱਲਾਂਗਾ ਫਿਰ ਵਿਸਰਾਂਗਾ ਫਿਰ ਚਿੱਤ 'ਚੋਂ ਨਿਕਲ ਜਾਣਾ।
ਜਿਸ ਤੂੰ ਆਵੇਂ ਚਿੱਤ ਤਿਸ ਨੂੰ ਸਦਾ ਸੁੱਖ, ਜਿਸ ਤੂੰ ਆਵੇਂ ਚਿੱਤ ਤਿਸ ਜਮ ਨਾਹੇ ਦੁੱਖ, ਜਿਸ ਤੂੰ ਆਵੇਂ ਚਿੱਤ ਤਿਸ ਕੇ ਕਾੜਿਆ ਉਹਨੂੰ ਕਾਹਦਾ ਝੋਰਾ, ਜਿਸ ਦਾ ਕਰਤਾ ਮਿੱਤਰ ਸਭ ਕਾਜ ਸਵਾਰਿਆ, ਜਿਸ ਤੂੰ ਆਵੇਂ ਚਿੱਤ ਸੋ ਪਰਵਾਨ ਜਨ, ਜਿਸ ਤੂੰ ਆਵੇਂ ਚਿੱਤ ਬੋਸਤਾ ਸਿਸ ਧਨ, ਜਿਸ ਤੂੰ ਆਵੇਂ ਚਿੱਤ ਸੋ ਵੱਟ ਪਰਵਾਰਿਆ, ਜਿਸ ਤੂੰ ਆਵੇਂ ਚਿੱਤ ਤਿੰਨ ਕੁੱਲ ਉਧਾਰਿਆ। ਇੱਕ ਸ਼ਬਦ ਅਸੀਂ ਪੜ੍ਹ ਲਈਏ ਹੋਰ, ਚਿੱਤ 'ਚ ਸਾਰੀ ਕਹਾਣੀ ਹੈ। ਮੈਂ ਤਾਂ ਅੱਜ ਇਹ ਲੈ ਲਿਆ ਜੀ ਕਿਉਂਕਿ ਚਾਰ ਪਦੇ ਚੱਲਣੇ ਆ। ਮੈਂ ਕੱਲ੍ਹ ਨੂੰ ਵੀ ਮੋਤੀ ਤਾਂ ਮੰਦਰ ਉਸਰਾ ਅਸੀਂ ਕਰਾਂਗੇ ਜੀ ਪਦਿਆਂ ਦੇ ਅਰਥ। ਸਾਰੀ ਗੱਲ ਸਿਰਫ ਇਹ ਸਮਝਣ ਵਾਲੀ ਏ, ਘਰ ਵੇਖ ਕੇ ਕਿਤੇ ਪਹਿਲਾਂ ਭੁੱਲ ਨਾ ਜਾਈਂ, ਵਿਸਰ ਨਾ ਜਾਈਂ, ਚਿੱਤ ਵਿੱਚੋਂ ਨਾ ਨਿਕਲ ਜਾਈਂ। ਪਰ ਜਿਸ ਚਿੱਤ ਵਿੱਚ ਆ ਜਾਏ ਉਹਨੂੰ ਮਹਾਰਾਜ ਕਹਿੰਦੇ ਆ ਚਾਰ ਚੁਫੇਰੇ ਦੁਸ਼ਮਣਾਂ ਨੇ ਘੇਰਿਆ। ਫਿਜ਼ੀਕਲ ਤੌਰ 'ਤੇ ਹੁਣ ਮਰਿਆ ਹੁਣ ਮਰਿਆ, ਰਿਸ਼ਤੇਦਾਰ ਵੀ ਸਾਥ ਛੱਡ ਗਏ। ਅਤੇ ਇੱਕ ਪੱਕੀ ਗੱਲ ਸੱਚ ਜੇ ਦੁਨੀਆ ਦੀ, ਪਰ ਕਰੀਏ ਕਿ ਸੱਟ ਵੱਜਣ ਤੋਂ ਬਿਨਾਂ ਸਮਝ ਨਹੀਂ ਪੈਂਦੀ। ਸੁੱਖ ਵਿੱਚ ਕਦੀ ਵੀ ਆਪਣੇ ਰਿਸ਼ਤੇਦਾਰਾਂ ਅਤੇ ਮਿੱਤਰਾਂ ਦੀ ਗਿਣਤੀ, ਖੂਨ ਦਾ ਰਿਸ਼ਤਾ ਬਿਲਕੁਲ ਨਾ ਗਿਣਿਓ। ਦੁੱਖ ਇੱਕ ਰੱਬ ਐਸੀ ਕਸਵੱਟੀ ਦਿੰਦਾ ਜਿੱਥੇ ਸਾਰੇ ਕੱਚੇ ਪਿੱਲੇ ਝੜ ਜਾਂਦੇ ਆ, ਕੋਈ ਟਾਵਾਂ ਟਾਵਾਂ ਖਲੋਂਦਾ। ਮਹਾਰਾਜ ਨੇ ਕਿਹਾ ਰਿਸ਼ਤੇਦਾਰ ਛੱਡ ਜਾਣਗੇ, ਪੁੱਤਰ ਧੀਆਂ ਛੱਡ ਜਾਣਗੇ, ਹਰ ਆਸਰਾ ਮੁੱਕ ਜਾਏਗਾ, ਪਰ ਚਿੱਤ ਵਿੱਚੋਂ ਜੇ ਵਾਹਿਗੁਰੂ ਨਾ ਨਾ ਵਿਸਰਿਆ, ਇਹ ਸਾਰੇ ਭੱਜਣ ਦੇ ਤੈਨੂੰ ਤੱਤੀ ਵਾਹ ਨਹੀਂ ਲੱਗਣ ਦਿਆਂਗਾ। ਇਹ ਚਿੱਤ ਦੀ ਬਖਸ਼ਿਸ਼ ਹੈ ਨਾ। ਜਾਂ ਕੋ ਮੁਸ਼ਕਲ ਅਤ ਬਣੇ। ਅਤੇ ਮੈਂ ਇੱਕ ਵਾਰ ਇੱਥੇ ਕਥਾ ਕਰਦੇ ਆ ਕਿਹਾ ਚਾਰੇ ਸ਼ਬਦ ਚਿੱਤ 'ਤੇ ਨੇ ਜੀ। ਮਤ ਦੇਖ ਭੂਲਾ ਵਿਸਰੈ ਤੇਰਾ ਚਿੱਤ ਨਾ ਆਵੇ ਨਾ। ਇਹਦੇ ਅਰਥਾਂ ਦੀ ਜ਼ਿਆਦਾ ਲੋੜ ਨਹੀਂ, ਸੌਖੇ ਨੇ ਜੀ। ਜਾਂ ਕੋ ਮੁਸ਼ਕਲ ਅਤ ਬਣੇ। ਅਤ ਦਾ ਅਰਥ ਜਦੋਂ ਸਾਰੇ ਕਹਿੰਦੇ ਨਾ ਨਾ ਹੋਣ ਗਈ ਗੱਲ, ਕੋਈ ਕੋਈ ਜਵਾਬ ਨਹੀਂ, ਕੋਈ ਸਾਥ ਨਹੀਂ। ਜਾਂ ਕੋ ਮੁਸ਼ਕਲ ਅਤ ਬਣੇ ਢੋਈ ਕੋਏ ਨਾ ਦੇਹ, ਲਾਗੂ ਹੋਏ ਦੁਸ਼ਮਣਾਂ ਸਾਕ ਪੇ ਭੱਜ ਖਲੇ। ਲਾਗੂ ਦੁਸ਼ਮਣ ਹੋਏ ਸਾਕ ਵੀ ਛੱਡ ਗਏ। ਸਭੈ ਭੱਜੋ ਆਸਰਾ ਚੁੱਕੈ ਸਭ ਅਸਰਾਓ। ਪਰ ਬਾਬਾ ਜੀ ਕਹਿੰਦੇ ਨੇ ਬਸ ਵੇਖੀ ਚਿੱਤ 'ਚੋਂ ਨਾ ਨਿਕਲਣ ਦੇ, ਮਹੱਲ ਚਲੇ ਗਏ। ਮੈਂ ਕਹਿੰਦਾ ਮਹਾਰਾਜ ਗੁਰੂ ਗੋਬਿੰਦ ਸਿੰਘ, ਜਦੋਂ ਅਸੀਂ ਇਹ ਰਾਤ ਦਾ ਦੀਵਾਨ ਮਾਛੀਵਾੜੇ ਲਾਉਂਦੇ ਹਾਂ ਨਾ ਜੀ ਹਰ ਸਾਲ, ਉੱਥੋਂ ਦਾ ਆਨੰਦ ਹੀ ਕੁਝ ਵੱਖਰਾ। ਮੈਂ ਇੱਕ ਵਾਰੀ ਤੁਹਾਨੂੰ ਕਿਹਾ ਸੀ ਇਹਨੂੰ ਰੁੱਖਾਂ ਦੀ ਪੂਜਾ ਨਾ ਸਮਝਿਓ, ਸੱਚ ਇਵੇਂ ਜੰਡ ਥੱਲੇ ਬੈਠ ਕੇ ਇੰਨੀ ਸੁਰਤ ਇਕੱਠੀ ਹੁੰਦੀ ਹੈ, ਪੁੱਛੋ ਖੋਜਣਾ। ਉੱਥੇ ਔਰਾ ਅੱਜ ਵੀ ਗੁਰੂ ਦਾ ਵਰਤਾ ਹੈ। ਉਹ ਚਰਨ ਕਮਲ ਕਿਉਂ ਕਹਿ ਦਿੱਤਾ ਜੀ ਉਹਨੂੰ ਸਾਰੀ ਸੀ ਮਾਛੀਵਾੜਾ ਚਰਨ ਕਮਲ ਸਾਹਿਬ, ਕਿਉਂਕਿ ਉੱਥੇ ਜਦੋਂ ਦਾਤਾ ਬੈਠਾ ਸੀ ਉਹਦੇ ਚਰਨਾਂ ਵਿੱਚ ਛਾਲੇ ਸਨ, ਕੰਡੇ ਸਨ, ਲਹੂ ਸੀ। ਪਰ ਦੁਸ਼ਮਣ ਤਾਂ ਕਿਹਾ ਨਾ ਵੀ ਘਰ ਛਡਾ ਦਿੱਤਾ, ਪਰ ਜਿੱਥੇ ਕੰਡੇ ਨਾਲ ਖੂਨ ਨਾਲ ਛਾਲਿਆਂ ਨਾਲ ਭਿੱਜੇ ਚਰਨ ਪੈ ਗਏ, ਸਿੱਖਾਂ ਨੇ ਉਹਨੂੰ ਚਰਨ ਕਮਲ ਬਣਾ ਕੇ ਮੱਥਾ ਟੇਕਿਆ, ਗੁਰਦੁਆਰਾ ਚਰਨ ਕਮਲ ਸਾਹਿਬ। ਉੱਥੇ ਕਈ ਵਾਰੀ ਸੋਚੀਦਾ ਵੀ ਕੋਈ ਪੁੱਤਰ ਕੋਈ ਨਹੀਂ, ਪਿਆਰੇ ਤਿੰਨ ਥੀਦ ਹੋ ਗਏ, ਦੋ ਆ ਰਹੇ ਨੇ ਅਜੇ, ਪਰ ਚਿੱਤ 'ਚ ਇੰਨੀ ਬਖਸ਼ਿਸ਼। ਕਹਿੰਦੇ ਨਾ ਸਾਜ਼ੋ ਨਾ ਬਾਜ਼ੋ ਨਾ ਫੌਜੋ ਨਾ ਫਰਸ਼, ਬਾਹਰ ਦਾਸਰਾ ਕੋਈ ਨਹੀਂ, ਸਭੋ ਭੱਜੈ ਆਸਰਾ ਚੁੱਕੈ ਸਭ ਅਸਰਾਓ। ਨਾ ਸਾਜ਼ੋ ਨਾ ਬਾਜ਼ੋ ਨਾ ਫੌਜੋ ਨਾ ਫਰਸ਼, ਕੋਈ ਸਿੰਘਾਸਨ ਨਹੀਂ, ਕੋਈ ਚੌਰ ਨਹੀਂ, ਕੋਈ ਛਤਰ ਨਹੀਂ, ਕੋਈ ਗੜਵਾਈ ਨਹੀਂ, ਕੋਈ ਸੇਵਾਦਾਰ ਨਹੀਂ, ਕੋਈ ਮੰਜਾ ਨਹੀਂ, ਕੋਈ ਗਲੀਚਾ ਨਹੀਂ, ਟਿੰਡ ਦਾ ਸਰਾਣਾ। ਪਰ ਬਾਬਾ ਜੀ ਸਤਿਗੁਰੂ ਕਹਿੰਦੇ ਆ ਨਹੀਂ, ਮੇਰੇ ਚਿੱਤ 'ਚ ਕੁਝ ਹੋਰ ਹੈ। ਨਾ ਸਾਜ਼ੋ ਨਾ ਬਾਜ਼ੋ ਨਾ ਫੌਜੋ ਨਾ ਫਰਸ਼, ਖੁਦਾਵੰਦ ਬਖਸ਼ੰਦ ਹੈ ਐਸ਼ ਅਰਸ਼, ਰੱਬ ਨੇ ਮੇਰੇ ਚਿੱਤ 'ਚ ਇੱਕ ਇਹੀ ਯਾਦ ਦਿੱਤੀ ਹੈ ਜਿਹੜਾ ਮੈਂ ਕੰਡਿਆਂ 'ਤੇ ਬੈਠਾ ਵੀ ਸੇਜ ਮਾਨਣਾ ਪਿਆ। ਇਹ ਚਿੱਤ ਦੀ ਤਾਕਤ ਹੈ। ਚਿੱਤ ਆਵੇ ਉਸ ਪਾਰ ਬ੍ਰਹਮ ਲੱਗੇ ਨਾ ਤੱਤੀ ਵਾਓ। ਅਗਲਾ ਪਦ ਵੈਸੇ ਰਾਹੁ ਦੀਆਂ ਤੁਕਾਂ ਨੇ, ਸਾਹਿਬ ਨਿਤਾਣਿਆਂ ਕਾ ਤਾਣ। ਅਗਲਾ ਪਦ ਆ ਕੇ ਮਹਾਰਾਜ ਦਾ, ਹਜ਼ੂਰ ਕਹਿੰਦੇ ਨੇ ਜੇ ਕੋ ਹੋਵੇ ਦੁਬਲਾ ਕਮਜ਼ੋਰ ਹੈ, ਨੰਗ ਭੁੱਖ ਕੀ ਪੀਰ, ਕੱਪੜੇ ਪਾਉਣ ਨੂੰ ਕੋਈ ਨਹੀਂ, ਖਾਣ ਨੂੰ ਰੋਟੀ ਕੋਈ ਨਹੀਂ, ਨੰਗ ਭੁੱਖ ਕੀ ਪੀਰ, ਦਮੜਾ ਪੱਲੇ ਨਾ ਪਵੇ ਨਾ ਕੋ ਦੇਵੇ ਧੀਰ, ਕੋਈ ਵੀ ਇੱਕ ਪੈਸਾ ਨਹੀਂ ਦਿੰਦਾ, ਇੱਥੋਂ ਤੱਕ ਦੁੱਖ ਵਿੱਚ ਡਿੱਗੇ ਕੋਈ ਬੰਦੇ ਨੂੰ ਧੀਰਜ ਵੀ ਦੋੜ ਨਹੀਂ ਦਿੰਦਾ ਵੀ ਕੋਈ ਨਹੀਂ ਦਿਨ ਕੱਟੇ ਜਾਣਗੇ, ਨਾ ਕੋ ਦੇਵੇ ਧੀਰ, ਸਵਾਰਥ ਸਵਾਉ ਨਾ ਕੋ ਕਰੇ ਨਾ ਕਿਛ ਹੋਵੇ ਕਾਜ। ਪਰ ਬਾਬਾ ਜੀ ਕਹਿੰਦੇ ਆ ਚਿੱਤ ਨਾ ਵਿਸਰ ਜਾ ਕਿਤੇ, ਚਿੱਤ ਆਵੇ ਉਸ ਪਾਰ ਬ੍ਰਹਮ
ਮੈਂ ਕਹਿੰਦਾ ਇਹ ਇਹ ਜਿੰਨੇ ਸ਼ਬਦ ਆਏ ਉਸ ਆਇਆ ਜੀ ਖੁੱਲ੍ਹਾ ਔੜਾ ਊੜਾ ਹੈ ਉਸ ਨਹੀਂ ਚਿੱਤ ਆਵੇ ਉਸ ਪਾਰ ਬ੍ਰਹਮ ਤਾਂ ਨਿਸ਼ਚਲ ਹੋਵੇ ਰਾਜ ਤੀਸਰਾ ਪਦਾ ਹੈ ਜਾਂ ਕੋ ਚਿੰਤਾ ਬਹੁਤ ਬਹੁਤ ਦੇਹੀ ਵਿਆਪੈ ਰੋਗ ਟੈਨਸ਼ਨ ਨੇ ਰੋਗ ਲਾ ਦਿੱਤੇ ਗ੍ਰਿਸਤ ਕੁਟੰਬ ਪਲੇਟਿਆ ਕਦੇ ਹਰਕ ਕਦੇ ਸੋ ਕਦੀ ਖੁਸ਼ੀਆਂ ਅਤੇ ਕਦੀ ਗਮੀਆਂ ਦੇ ਸੁਨੇਹੇ ਨੇ ਗਾਉਣ ਕਰੇ ਚੋਂ ਕੁੰਟਕਾ ਚਾਰ ਚਵੇਰੇ ਭੱਜਦਾ ਉਹੀ ਬੰਦਾ ਸਾਥ ਦੇ ਜੂ ਉਹੀ ਦੇ ਜੂ ਗਾਉਣ ਕਰੇ ਚੋਂ ਕੁੰਟਕਾ ਘੜੀ ਨਾ ਬੈਸਨ ਸੋਏ ਚਿੱਤ ਆਵੇ ਉਸ ਪਾਰ ਬ੍ਰਹਮ ਤਨ ਮਨ ਸ਼ੀਤਲ ਹੋਏ ਚੌਥਾ ਪਦਾਰਥ ਹੈ ਕਾਮ ਕ੍ਰੋਧ ਮੂੰਹ ਵਸ ਕੀਆ ਕਿਰਪਨ ਲੋਭ ਪਿਆਰ ਚਾਰੇ ਕਿਲਵਿਕ ਉਨ ਅੱਗ ਕੀਏ ਹੋਵਾ ਅਸੁਰ ਸੰਘਾਰ ਪੋਥੀ ਗੀਤ ਕਵਿਤ ਕਿਛ ਇਹ ਸਾਰੇ ਸਿਮਰਨ ਵਾਲੇ ਰੂਹਾਨੀਅਤ ਵਾਲੇ ਕਵਿਤ ਜੀ ਇਹਦਾ ਅਰਥ ਗੀਤ ਦੂਜੇ ਨਹੀਂ ਸਮਝਣਾ ਪੋਥੀ ਗੀਤ ਕਵਿਤ ਕਿਛ ਕਦੇ ਨਾ ਕਰਨ ਧਰਿਆ ਚਿੱਤ ਆਵੇ ਉਸ ਪਾਰ ਬ੍ਰਹਮ ਤਾਂ ਨਿਮਖ ਸਿਮਰਤ ਧਰਿਆ ਮੈਂ ਸਿਰਫ ਇੱਕ ਬੇਨਤੀ ਤੁਹਾਨੂੰ ਅੱਜ ਇਹ ਹੀ ਖਾਸ ਕਰਕੇ ਕਰਨੀ ਸੀ ਜਦੋਂ ਦੂਜਾ ਆਉਂਦਾ ਮੰਦਰ ਆ ਗਿਆ ਘਰ ਆ ਗਿਆ ਕਹਿੰਦਾ ਚੰਗਾ ਭਲਾ ਸੀ ਜਦੋਂ ਕੱਚੇ ਕੋਠੇ 'ਚ ਰਹਿੰਦੇ ਸਾਂ ਥੱਲੇ ਚੌਂਕੜਾ ਮਾਰ ਕੇ ਕਿੰਨੇ ਘੰਟੇ ਬਾਣੀ ਪੜ੍ਹਨੀ ਜਿੰਨੇ ਬੈਡਰੂਮ ਬਣ ਗਏ ਹੁਣ ਤਾਂ ਨਿਤਨੇ ਵੀ ਚੇਤੀ ਨਹੀਂ ਹੁੰਦਾ ਭੁੱਲ ਗਿਆ ਨਾ ਜੀ ਭੁੱਲਣ ਤੋਂ ਬਾਅਦ ਆਹਿਸਤਾ ਆਹਿਸਤਾ ਸਿਮਰਨ ਵਿਸਰਨ ਲੱਗ ਪਿਆ ਫਿਰ ਚਿੱਤ 'ਚੋਂ ਨਿਕਲ ਗਿਆ ਮਹਾਰਾਜ ਕਹਿੰਦੇ ਨੇ ਪਹਿਲਾ ਸਟੈਪ ਇਹ ਭੁੱਲਣਾ ਸ਼ੁਰੂ ਕਰਨਾ ਹਾਲਾਂਕਿ ਪ੍ਰੈਵਾਚੀ ਅਰਥ ਸਾਰੇ ਇੱਕੋ ਹੀ ਕਰਾਂਗੇ ਭੁੱਲ ਜਾਣਾ ਵਿਸਰ ਜਾਣਾ ਚਿੱਤ ਵਿੱਚੋਂ ਨਿਕਲ ਜਾਣਾ ਵਾਹਿਗੁਰੂ ਇੱਕ ਕਿਰਪਾ ਕਰੀ ਮਤ ਦੇਖ ਮਤਾਂ ਇਹਨਾਂ ਨੂੰ ਦੇਖ ਕੇ ਭੁੱਲਾਂ ਮੈਂ ਭੁੱਲ ਨਾ ਜਾਵਾਂ ਮੈਂ ਵਿਸਰ ਨਾ ਜਾਵਾਂ ਕਿਤੇ ਇਹ ਦਿਨ ਨਾ ਆ ਜਾਣ ਕਿ ਮੇਰੇ ਚਿੱਤ ਵਿੱਚ ਦੁਬਾਰਾ ਵਸੇ ਨਾ।